ਨੂੰ ਜਿਹੜੇ ਆਪਣੀ ਵੱਡੀ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਆਉਣਾ, ਪੰਜਾਬ ਦੇ ਵਿੱਚੋਂ, ਹਰਿਆਣੇ ਵਿੱਚੋਂ ਵੀ ਆਉਣਗੇ, ਕੁਛ ਲੋਕ ਹੋ ਸਕਦਾ ਰਾਜਸਥਾਨ 'ਚੋਂ ਵੀ ਆਉਣ, ਤਾਂ ਕਿ ਪੰਜਾਬ ਦੇ ਜਿਹੜੇ ਹਾਲਾਤ ਆ ਵੱਧ ਤੋਂ ਬਦਤਰ ਹੋ ਰਹੇ ਆ, ਚਾਹੇ ਧਰਮ ਦੀ ਸਮੱਸਿਆ, ਚਾਹੇ ਇਕੋਨਮੀ ਦੀ ਸਮੱਸਿਆ, ਚਾਹੇ ਵਿੱਦਿਆ ਦਾ ਜਿਹੜਾ ਸਥਾਨ ਆ ਉਹ ਨੀਚੇ ਹੁੰਦਾ ਜਾ ਰਿਹਾ, ਸਿਹਤ ਬਾਰੇ ਵੀ ਲੋਕਾਂ ਦੀ ਕੋਈ ਕਿਸੇ ਕਿਸਮ ਦਾ ਸਰਕਾਰ ਧਿਆਨ ਨਹੀਂ ਦੇ ਰਹੀ, ਤਾਂ ਚਾਰੇ ਪਾਸੇ ਹਨੇਰਾ ਨਜ਼ਰ ਆ ਰਿਹਾ। ਜਿਹੜੀ ਕੱਲ ਆਪਾਂ ਇਕੱਤਰਤਾ ਕਰ ਰਹੇ ਹਾਂ ਉਹ ਕਿਸ ਵਿਸ਼ੇ ਤੇ ਆ ਤੇ ਕਿਉਂ ਆਪਾਂ ਨੂੰ ਕਰਨੀ ਪੈ ਰਹੀ? ਕੱਲ ਦੀ ਇਕੱਤਰਤਾ ਬਹੁਤ ਅਹਿਮ ਆ। ਪੰਜਾਬ ਦੇ ਹਾਲਾਤ ਆ ਜਿਹੜੇ ਬੜੇ ਮਾਯੂਸੀਜਨਕ ਆ, ਲੋਕ ਪਰੇਸ਼ਾਨ ਆ ਕਿਉਂਕਿ ਪੰਜਾਬ ਦੀ ਕਿਸੇ ਵੀ ਸਮੱਸਿਆ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਲੋਕਾਂ ਨੂੰ। ਸਰਕਾਰ ਆ ਜਿਹੜੀ ਬੇਮੁੱਖ ਹੋਈ ਵੀ ਆ, ਉਹ ਕਨਫਰੰਟ ਕਰ ਹੀ ਨਹੀਂ ਰਹੀ ਤੇ ਪੰਜਾਬ ਦੀਆਂ ਪ੍ਰੋਬਲਮ ਨੂੰ, ਔਰ ਉਸ ਬੇਚੈਨੀ ਦੇ ਨਾਲ ਲੋਕਾਂ ਦੇ ਵਿੱਚ ਫਰਸਟ੍ਰੇਸ਼ਨ ਵੱਧਦੀ ਜਾ ਰਹੀ ਹੈ, ਔਰ ਪਤਾ ਨਹੀਂ ਵਾਹਿਗੁਰੂ ਜਾਣੇ ਕਿ ਉਹ ਫਰਸਟ੍ਰੇਸ਼ਨ ਕਿਸ ਚੀਜ਼ ਨੂੰ ਅੱਗੇ ਜਾ ਕੇ ਜਨਮ ਦੇਗੀ। ਅਸੀਂ ਇੱਕ ਬਹੁਤ ਵੱਡਾ ਇਕੱਠ ਕਰ ਰਹੇ ਹਾਂ ਰਿਪ੍ਰਜੈਂਟੇਟਿਵ ਜਿਹੜੇ ਲੋਕ ਆਉਣਗੇ, ਤਾਂ ਕਿ ਇਹ ਸਾਰੀ ਮਾਯੂਸੀ ਦੇ ਆਲਮ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕੇ ਔਰ ਇਹਦਾ ਕੋਈ ਸਹੀ ਢੁਕਵਾਂ ਹੱਲ ਕੱਢਿਆ ਜਾ ਸਕੇ। ਕਿਉਂਕਿ ਉਮੀਦ ਨਾ ਤਾਂ ਸਾਨੂੰ ਓਪੋਜੀਸ਼ਨ ਦੀਆਂ ਪਾਰਟੀਆਂ ਤੋਂ ਆ, ਨਾ ਸਾਨੂੰ ਉਮੀਦ ਆ ਜਿਹੜੀ ਅੱਜ ਰਾਜ ਕਰ ਰਹੀ ਪਾਰਟੀ ਆ ਅਮਰਿੰਦਰ ਸਿੰਘ ਦੀ, ਉਸ ਤੋਂ ਕੋਈ ਕਿਸੇ ਕਿਸਮ ਦੀ ਉਮੀਦ ਸਾਨੂੰ ਨਜ਼ਰ ਨਹੀਂ ਆ ਰਹੀ। ਤਾਂ ਇਸ ਮਾਯੂਸੀ ਦੇ ਆਲਮ ਦੇ ਵਿੱਚੋਂ ਲੋਕਾਂ ਨੂੰ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਉਹ ਵੀ ਕੱਢਿਆ ਤਾਂ ਜਾ ਸਕਦਾ ਜੇ ਉਹਨਾਂ ਨੂੰ ਸਹੀ ਢੰਗ ਦੀ ਉਮੀਦ ਦਿੱਤੀ ਜਾਵੇ, ਜਿਸ ਦੇ ਵਿੱਚੋਂ ਉਹਨਾਂ ਨੂੰ ਸਹੀ ਕਿਸਮ ਦਾ ਰਾਹ ਦਿਖੇ, ਸਹੀ ਕਿਸਮ ਦਾ ਚਾਨਣ ਦਿਖੇ, ਸਹੀ ਕਿਸਮ ਦੀ ਕੋਈ ਕਿਰਨ ਨਜ਼ਰ ਆਵੇ। ਤਾਂ ਇਹਨਾਂ ਹਾਲਾਤਾਂ ਨੂੰ ਹਰ ਪਹਿਲੂ ਤੋਂ ਬੜੀ ਗੰਭੀਰਤਾ ਦੇ ਨਾਲ, ਚਾਹੇ ਸਮਾਜਿਕ ਸਮੱਸਿਆਵਾਂ, ਚਾਹੇ ਸਿਆਸੀ ਸਮੱਸਿਆਵਾਂ, ਚਾਹੇ ਇਕਨੋਮਿਕ ਸਮੱਸਿਆਵਾਂ, ਵਿੱਦਿਆ ਦੇ ਕੇਂਦਰ ਦੀਆਂ, ਸਿਹਤ ਦੇ ਕੇਂਦਰ ਦੀਆਂ, ਔਰ ਆਹ ਜਿਹੜਾ ਨਸ਼ਾ ਪੰਜਾਬ ਨੂੰ ਖਤਮ ਕਰ ਰਿਹਾ ਖਾਸ ਤੌਰ 'ਤੇ ਪੰਜਾਬ ਦੀ ਜਵਾਨੀ ਨੂੰ, ਇਹ ਸਾਰੀਆਂ ਸਮੱਸਿਆ ਬਹੁਤ ਵੱਡੇ ਲੈਵਲ 'ਤੇ, ਪਾਣੀ ਨਹੀਂ ਸਾਫ਼ ਮਿਲ ਰਿਹਾ, ਪੋਲਿਊਸ਼ਨ ਹੋਈ ਵੀ ਹੈ ਚਾਰੇ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ। ਉਸ ਹਨੇਰੇ ਦੇ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਸਲਿਊਸ਼ਨ ਕੱਢ ਸਕੀਏ, ਲੋਕਾਂ ਦੀ ਸੇਵਾ ਕਰ ਸਕੀਏ, ਲੋਕਾਂ ਨੂੰ ਰਾਹਤ ਦਵਾ ਸਕੀਏ, ਇਹੀ ਮਕਸਦ ਆ ਸਾਡਾ ਕੱਲ੍ਹ ਦੀ ਮੀਟਿੰਗ ਕਰ ਰਿਹਾ। ਅਤੇ ਜੀ ਅਸੀਂ ਜਿਹੜੇ ਬਹੁਤ ਸਾਰੇ ਆਮ ਲੋਕ ਆ ਜਿਨ੍ਹਾਂ ਦੀ ਵਿਚਾਰਿਆਂ ਦੀ ਕੋਈ ਨੁਮਾਇੰਦਾ ਜਮਾਤ ਹੈ ਨਹੀਂ, ਪਹਿਲੀ ਪ੍ਰੈਫਰੈਂਸ ਉਹਨਾਂ ਆਮ ਆਦਮੀ ਨੂੰ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਦੂਜੀਆਂ ਛੋਟੀਆਂ ਛੋਟੀਆਂ ਜਿਹੜੀਆਂ ਜਥੇਬੰਦੀਆਂ ਜਿਹੜੀਆਂ ਪਰੇਸ਼ਾਨ ਹੋ ਚੁੱਕੀਆਂ ਪਿਛਲੀਆਂ ਸਰਕਾਰਾਂ ਤੋਂ, ਖਾਸ ਤੌਰ 'ਤੇ ਬਾਦਲ ਦੀ ਸਰਕਾਰ ਤੋਂ, ਜਿਸ ਨੇ ਕਿਸੇ ਵੀ ਪਹਿਲੂ ਤੋਂ ਲੋਕਾਂ ਨੂੰ ਰਾਹਤ ਤਾਂ ਕੀ ਦੇਣੀ ਸੀ, ਲੋਕਾਂ ਨੂੰ ਪਰੇਸ਼ਾਨੀ ਦੇ ਆਲਮ ਦੇ ਵਿੱਚ ਸਿੱਟ ਦਿੱਤਾ ਉਹਨਾਂ ਨੂੰ, ਔਰ ਉਹ ਇਸ ਤਰੀਕੇ ਦੇ ਮਹਿਸੂਸ ਕੁੱਟਣ ਮਹਿਸੂਸ ਕਰ ਰਹੇ ਹਈ ਕਿ ਸਾਨੂੰ ਤਾਂ ਇਸ ਦੇ ਵਿੱਚੋਂ ਨਿਕਲਣ ਨੂੰ ਕੋਈ ਰਾਹ ਹੀ ਨਹੀਂ ਦਿਸਦਾ। ਜਿਸ ਤਰ੍ਹਾਂ ਇੱਕ ਡੈਡ ਟਨਲ ਦੇ ਵਿੱਚ ਬੰਦਾ ਖੜਾ ਹੋਵੇ, ਨਾ ਅੱਗੇ ਜਾ ਸਕੇ, ਨਾ ਪਿੱਛੇ ਜਾ ਸਕੇ, ਨਾ ਸੱਜੇ ਨਾ ਖੱਬੇ, ਤਾਂ ਉਸ ਕਿਸਮ ਦੀ ਸਿਚੁਏਸ਼ਨ ਦੇ ਵਿੱਚ ਅੱਜ ਪੰਜਾਬ ਦੀ ਸਾਰੀ ਮਾਨਸਿਕਤਾ ਪਈ ਹੋਈ ਹੈ। ਉਸ ਮਾਨਸਿਕਤਾ ਨੂੰ ਉਸ ਦੇ ਵਿੱਚੋਂ ਕੱਢ ਕੇ, ਉਸ ਨੂੰ ਕੋਈ ਉਮੀਦ ਦੇ ਕੇ, ਕੋਈ ਚੰਗੀ ਮਤਲਬ ਕੋਈ ਚੰਗਾ ਐਡਮਿਨਿਸਟ੍ਰੇਸ਼ਨ ਦੇ ਕੇ ਕੋਈ ਉਹਨਾਂ ਦੀ ਭਲਾਈ ਦਾ ਗੱਲ ਕਰ ਸਕੀਏ, ਇਹੀ ਸਾਡੀ ਉਮੀਦ ਆ। ਔਰ ਇਹੀ ਅਸੀਂ ਗੁਰੂ ਨੂੰ ਅਰਦਾਸ ਕਰਦੇ, ਸੱਚੇ ਪਾਤਸ਼ਾਹ ਸਾਨੂੰ ਸਮਤ ਦੇ ਔਰ ਸਾਨੂੰ ਤਾਕਤ ਦੇ, ਤਾਂ ਕਿ ਅਸੀਂ ਲੋਕਾਂ ਲਈ ਕੋਈ ਨਾ ਕੋਈ ਰਾਹਤ ਕੱਢ ਸਕੀਏ ਉਹਨਾਂ ਦੇ ਭਲੇ। ਦੇਖੋ ਸਿੱਖਾਂ ਦੇ ਵਿੱਚ ਰਾਜਨੀਤੀ ਅਤੇ ਧਰਮ ਕੋਈ ਵੱਖ ਚੀਜ਼ਾਂ ਨਹੀਂ, ਸਮਾਜ, ਰਾਜਨੀਤੀ, ਧਰਮ ਸਾਰੀਆਂ ਇੱਕੋ ਚੀਜ਼ਾਂ ਸਿੱਖਾਂ ਦੀ, ਇਨਸਾਨੀਅਤ ਦੇ ਭਲੇ ਲਈ। ਅਸੀਂ ਕੋਈ ਸਿੱਖਾਂ ਦਾ ਇਕੱਲਿਆਂ ਦਾ ਭਲਾ ਨਹੀਂ, ਸਿੱਖਾਂ ਦਾ ਵੀ ਭਲਾ ਕਰਨਾ, ਨਾਲ ਜਿਹੜੇ ਦੂਜੇ ਵਰਗ ਆ, ਜਿਹੜੇ ਲਤਾੜੇ ਹੋਏ ਲੋਕ ਆ, ਖਾਸ ਤੌਰ 'ਤੇ ਜਿਹੜਾ ਸਾਡਾ ਦਲਿਤ ਸਮਾਜ ਆ, ਜਿਸ ਦੇ ਨਾਲ ਸਦੀਆਂ ਤੋਂ ਬੇਇਨਸਾਫੀ ਹੁੰਦੀ ਆ ਰਹੀ ਹੈ, ਉਹਨਾਂ ਨੂੰ ਵੀ ਆਪਣੀ ਛਾਤੀ ਦੇ ਨਾਲ ਲਾਉਣਾ। ਦੂਸਰੇ ਜਿਹੜੇ ਵਿਚਾਰੇ ਹਿੰਦੂ ਆ, ਉਹ ਵੀ ਸੰਕਟ ਝੇਲ ਰਹੇ ਆ ਹਰ ਕਿਸਮ ਦਾ, ਉਹਨਾਂ ਨੂੰ ਵੀ ਅਸੀਂ ਰਾਹਤ ਦਿਵਾਉਣੀ। ਅਸੀਂ ਕਿਸੇ ਨਾਲ ਪੱਖਪਾਤ ਨਹੀਂ ਕਰਨਾ, ਸਾਡੇ ਲਈ ਸਾਰੀ ਸਾਰੀ ਦੁਨੀਆ ਹੈ, ਇਨਸਾਨੀਅਤ ਆ, ਉਹ ਸਾਡੇ ਲਈ ਇੱਕੋ ਹੀ। ਸੋ ਅਸੀਂ ਇਨਸਾਨੀਅਤ ਦੇ ਭਲੇ ਲਈ ਕਦਮ ਚੁੱਕਣੇ ਆ, ਉਸ ਦੇ ਵਿੱਚ ਕਿਸੇ ਨਾਲ ਕਿਸੇ ਕਿਸਮ ਦਾ ਪੱਖਪਾਤ ਨਹੀਂ ਕਰਨਾ, ਚਾਹੇ ਉਹ ਮੁਸਲਮਾਨ ਆ, ਚਾਹੇ ਉਹ ਈਸਾਈ ਆ, ਔਰ ਚਾਹੇ ਉਹ ਹਿੰਦੂ ਆ, ਚਾਹੇ ਸਿੱਖ ਆ, ਕੋਈ ਜੋ ਵੀ ਹੋਵੇ। ਸਾਡੇ ਸਿੱਖਾਂ ਨੇ ਰਾਜ ਕਰਕੇ ਦਿਖਾਇਆ 60 ਸਾਲ, ਜਿਸ ਦੇ ਵਿੱਚ ਕਿਸੇ ਨਾਲ ਕਿਸੇ ਕਿਸਮ ਦੀ ਦੁਰਾਇਤ, ਕਿਸੇ ਕਿਸਮ ਦਾ ਧੱਕਾ, ਕਿਸੇ ਕਿਸਮ ਦੀ ਡਿਸਕ੍ਰਿਮੀਨੇਸ਼ਨ ਨਹੀਂ ਕੀਤੀ। ਮਹਾਰਾਜਾ ਰਣਜੀਤ ਸਿੰਘ ਦਾ ਮਿਸਲਾਂ ਦਾ ਰਾਜ ਅੱਜ ਦੁਨੀਆ ਦੇ ਇਤਿਹਾਸ ਦੇ ਵਿੱਚ ਯੂਨੀਕ ਰਾਜ ਆ। ਅਸੀਂ ਚਾਹੁੰਦੇ ਹਾਂ ਉਸੇ ਰਾਜ ਨੂੰ ਰਿਵਾਈਵ ਕਰ ਦਈਏ ਪੰਜਾਬ ਦੇ ਵਿੱਚ, ਔਰ ਜਿਨ੍ਹਾਂ ਨੇ ਉਹਨਾਂ ਦਾ ਨਾਂ ਲੈ ਕੇ ਪੰਜਾਬ ਦੇ ਲੋਕਾਂ ਨੂੰ ਭੁਲੇਖਾ ਪਾਇਆ, ਖਾਸ ਤੌਰ 'ਤੇ ਪ੍ਰਕਾਸ਼ ਸਿੰਘ ਬਾਦਲ ਨੇ ਵੀ ਮੈਂ ਰਣਜੀਤ ਸਿੰਘ ਵਰਗਾ ਰਾਜ ਪੰਜਾਬ 'ਚ ਲਿਆਉਣਾ ਚਾਹੁੰਦਾ, ਉਹਨਾਂ ਨੂੰ ਅਸੀਂ ਕਟਹਿਰੇ 'ਚ ਖੜਾ ਕਰਨਾ ਚਾਹੁੰਦੇ, ਕਿਉਂਕਿ ਉਹਨਾਂ ਨੇ ਜਿਸ ਕਿਸਮ ਦੇ ਗੁਨਾਹ ਕੀਤੇ ਆ ਉਹਨੂੰ ਮਾਫ਼ੀ ਤੋਂ ਬਹੁਤ ਉੱਤੇ ਹੈ, ਔਰ ਉਹਨਾਂ ਨੂੰ ਉਹਨਾਂ ਗੁਨਾਹਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ।
ਜਿਨ੍ਹਾਂ ਨੇ ਖਾਸ ਤੌਰ ਦੇ ਉੱਤੇ ਆਪਣੇ ਰਜੀਮ ਦੇ ਵਿੱਚ ਐਡੀ ਭੁੱਖ ਵਰਸਾਈ ਆ, ਇੰਨਾ ਪਰਿਵਾਰਵਾਦ ਕੀਤਾ, ਇੰਨਾ ਲੋਕਾਂ ਨਾਲ ਧੋਖਾਧੜੀ ਕੀਤੀ ਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਔਰ ਪੁਲਿਸ ਨੂੰ ਬੇਲਗਾਮ ਕੀਤਾ, ਕਿਸੇ ਨੂੰ ਮਾਰੋ, ਕਿਸੇ ਨੂੰ ਲੁੱਟੋ, ਕਿਸੇ ਨੂੰ ਤਬਾਹ ਕਰੋ। ਤੋ ਇਹ ਸਾਰੀਆਂ ਚੀਜ਼ਾਂ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਸਾਰੇ ਲੋਕਾਂ ਨੂੰ ਕਟਹਿਰੇ ਵਿੱਚ ਖੜ੍ਹਾ ਕਰਕੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਜਾਵੇ ਵੀ ਉਹਨਾਂ ਨਾਲ ਇਨਸਾਫ ਹੋਵੇ, ਜਸਟਿਸ ਦਵਾਉਣਾ। ਉਹ ਅਸੀਂ ਕਲੈਕਟਿਵ ਲੀਡਰਸ਼ਿਪ ਦੇਣਾ ਚਾਹੁੰਦੇ ਹਾਂ, ਕਿਸੇ ਇੱਕ ਇੰਡੀਵਿਜੁਅਲ ਦੀ ਲੀਡਰਸ਼ਿਪ ਨਹੀਂ ਅਸੀਂ ਦੇਣੀ। ਉਹ ਇੱਕ ਵੱਖਰੀ ਕਿਸਮ ਦੀ, ਅਸੀਂ ਇੱਕ ਵੱਖਰੀ ਕਿਸਮ ਦਾ ਲੋਕਾਂ ਨੂੰ ਰਾਹਤ ਦਵਾਵਾਂਗੇ, ਕਿਉਂਕਿ ਅੱਗੇ ਅਸੀਂ ਦੇਖਿਆ ਜਿਹੜੇ ਵੀ ਬੰਦੇ ਦੇ ਹੱਥ ਵਿੱਚ ਵਾਗਡੋਰ ਫੜਾ ਦਿੱਤੀ ਪੰਜਾਬ ਦੇ ਲੋਕਾਂ ਨੇ, ਚਾਹੇ ਬਾਦਲ ਨੂੰ 5 ਵਾਰੀ ਚੀਫ ਮਿਨਿਸਟਰ ਬਣਾਇਆ, ਪੰਜਾਬ 'ਚ ਕੀ ਕੀਤਾ ਉਸਨੇ, ਪਰਿਵਾਰਵਾਦ ਹੀ ਆਪਣਾ ਉਹਨੇ ਫਲੋਅ ਕੀਤਾ, ਉਹਨਾਂ ਨੂੰ ਔਰ ਆਲੇ ਦੁਆਲੇ ਕੁਛ ਬੰਦੇ ਇਕੱਠੇ ਕੀਤੇ ਜਿਹੜੇ ਉਹਦੇ ਚਾਪਲੂਸ ਆ, ਉਹਨਾਂ ਨੂੰ ਲੁੱਟਾਤਾ ਪੰਜਾਬ। ਅਸੀਂ ਚਾਹੁੰਦੇ ਹਾਂ ਵੀ ਕਲੈਕਟਿਵ ਲੀਡਰਸ਼ਿਪ ਹੋਵੇ, ਪੰਜ ਪ੍ਰਧਾਨੀ ਹੋਵੇ, 11 ਬੰਦਿਆਂ ਦੀ ਹੋਵੇ, 21 ਦੀ ਹੋਵੇ, ਉਹ ਅਸੀਂ ਦੇਖ ਲਾਂਗੇ। ਉਹਦੇ ਵਿੱਚ ਉਹ ਬੰਦੇ ਹੋਣ ਜਿਹੜੇ ਕਿਸੇ ਵੀ ਕਿਸਮ ਦੇ ਲਾਲਚ ਤੋਂ ਬਿਲਕੁਲ ਉੱਪਰ ਉੱਠ ਕੇ ਮਾਨਵਤਾ ਦੇ ਹਿੱਤ ਦੇ ਵਿੱਚ, ਇਨਸਾਨੀਅਤ ਦੇ ਹਿੱਤ ਦੇ ਵਿੱਚ, ਗਰੀਬਾਂ ਦੇ ਹਿੱਤ ਦੇ ਵਿੱਚ ਕੋਈ ਕੰਮ ਕਰ ਸਕੇ। ਤੁਸੀਂ ਬਹੁਤ ਸੋਹਣਾ ਸਵਾਲ ਕੀਤਾ, ਚੈੱਕਸ ਐਂਡ ਬੈਲੈਂਸਿਸ ਇੱਕ ਗੱਲ ਕਹੀ ਜਾਂਦੀ ਹੈ ਪੋਲੀਟੀਕਲ ਸਾਇੰਸ ਦੇ ਵਿੱਚ, ਉਹ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਹੈ, ਲੇਕਿਨ ਅੱਜ ਕੀ ਹੋ ਰਿਹਾ, ਅੱਜ ਜਿਹੜਾ ਸਿੰਗਲ ਲੀਡਰ ਬਣ ਗਿਆ ਉਹਨੇ ਆਪਣੇ ਪਰਿਵਾਰ ਨੂੰ ਹੀ ਆਲੇ ਦੁਆਲੇ ਇਕੱਠਾ ਕਰ ਲਿਆ। ਪੰਜਾਬ ਦੇ ਵਿੱਚ ਵੀ ਅਕਾਲੀ ਦਲ ਦੇ ਵਿੱਚ ਵੀ ਇੱਕ ਅਕਾਲੀ ਦਲ ਦਾ ਚੀਫ ਹੁੰਦਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਇੱਕ ਇੰਡੀਪੈਂਡੈਂਟ ਇੰਸਟੀਟਿਊਸ਼ਨ ਹੁੰਦੀ ਸੀ, ਚੀਫ ਮਿਨਿਸਟਰ ਅਲੈਦਾ ਹੁੰਦਾ ਸੀ ਔਰ ਪਾਰਟੀ ਦਾ ਪ੍ਰਧਾਨ ਅਲੈਦਾ ਹੁੰਦਾ ਸੀ। ਇਸ ਬੰਦੇ ਨੇ ਕੀ ਕੀਤਾ, ਸਾਰੇ ਇੰਸਟੀਟਿਊਸ਼ਨ ਨੂੰ ਹੜੱਪ ਕਰਕੇ, ਆਪਣਾ ਪਰਿਵਾਰ ਹੀ ਉਸ ਦੇ ਉੱਤੇ ਹਾਵੀ ਕਰਕੇ ਔਰ ਸਾਰੀ ਚੀਜ਼ ਨੂੰ ਖਤਮ ਕਰ ਦਿੱਤਾ। ਇਸੇ ਕਰਕੇ ਰਿਸ਼ਵਤਖੋਰੀ ਵਧੀ ਆ, ਪਰਿਵਾਰਵਾਦ ਵਧਿਆ, ਲੋਕਾਂ ਦੇ ਕੋਈ ਵੀ ਲੋਕਾਂ ਦੇ ਸਵਾਰਥ 'ਚ ਕੋਈ ਕੰਮ ਨਹੀਂ ਕੀਤਾ ਗਿਆ ਜਿੰਨੀ ਦੇਰ ਇਹਦਾ ਸਰ ਚੀਫ ਮਿਨਿਸਟਰ ਰਿਹਾ ਪੰਜਾਬ ਦਾ, ਕਿਉਂਕਿ ਇਹ ਸਮਝਦਾ ਸੀ ਜਿੰਨੀ ਦੇਰ ਮੇਰੇ ਕੋਲ ਸਾਰੀਆਂ ਤਾਕਤਾਂ ਆ ਜਾਣ ਮੈਨੂੰ ਕੋਈ ਚੈੱਕ ਕਰਨ ਵਾਲਾ ਹੋਵੇ ਹੀ ਨਾ, ਮੇਰੇ 'ਤੇ ਕੋਈ ਕਿੰਤੂ ਪਰੰਤੂ ਕਰਨ ਵਾਲਾ ਹੋਵੇ ਹੀ ਨਾ। ਇਸ ਕਰਕੇ ਇਹਨੇ ਹੌਲੀ ਹੌਲੀ ਜਿਹੜੇ ਵੱਡੇ ਅਕਾਲੀ ਲੀਡਰ ਸੀਗੇ ਜਿਨ੍ਹਾਂ ਦੀ ਕੋਈ ਕਮਿਟਮੈਂਟ ਸੀ ਸਿੱਖਾਂ ਲਈ, ਪੰਜਾਬ ਲਈ ਔਰ ਪੰਜਾਬ ਦੇ ਲੋਕਾਂ ਲਈ, ਉਹਨਾਂ ਨੂੰ ਖਤਮ ਕਰ ਦਿੱਤਾ ਇੱਕ ਇੱਕ ਕਰਕੇ। ਤੋ ਹੁਣ ਅਕਾਲੀ ਦਲ ਵੀ ਉਹਦੇ ਕੰਟਰੋਲ 'ਚ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਉਹਦੇ ਕੰਟਰੋਲ 'ਚ ਆ, ਹੋਰ ਸਾਰੇ ਇੰਸਟੀਟਿਊਸ਼ਨ ਉੱਥੇ ਪਰਿਵਾਰਵਾਦ ਆ, ਉਹਦਾ ਕੋਈ ਹੋਰ ਦੂਸਰਾ ਨੇੜੇ ਨਹੀਂ ਲੱਗ ਸਕਦਾ। ਕਿਸੇ ਇੱਕ ਚੀਫ ਮਿਨਿਸਟਰ ਦੇ 5 ਮੈਂਬਰ ਗੌਰਮੈਂਟ 'ਚ ਸਰਕਾਰ 'ਚ ਹੋਣ, ਇਹ ਇੱਕੋ ਇੱਕ ਐਗਜ਼ਾਮਪਲ ਹੈ ਦੁਨੀਆ ਦੇ ਇਤਿਹਾਸ ਦੇ ਵਿੱਚ, ਪੰਜਾਬ ਹਿੰਦੁਸਤਾਨ ਦੀ ਤਾਂ ਤੁਸੀਂ ਗੱਲ ਛੱਡ ਹੀ ਦਿਓ। ਤੋ ਇਸ ਚੀਜ਼ ਨੂੰ ਅਸੀਂ ਤੋੜਨਾ ਚਾਹੁੰਦੇ ਹਾਂ, ਸਰਬੱਤ ਦੇ ਭਲੇ ਲਈ ਅਸੀਂ ਕੁਛ ਕਰਨਾ ਚਾਹੁੰਦੇ ਹਾਂ, ਮਾਨਵਤਾ ਲਈ ਅਸੀਂ ਕਰਨਾ ਚਾਹੁੰਦੇ ਹਾਂ। ਤੋ ਇਹੀ ਸਾਡਾ ਮਤਲਬ ਓਬਜੈਕਟਿਵ ਆ, ਇਹੀ ਸਾਡੀ ਪਾਰਟੀ ਦੀ ਜਿਹੜੀ ਇਸੈਂਸ ਹੈਗੀ ਆ, ਮੋਟਿਵ ਹੈਗਾ, ਆਦੇਸ਼ ਹੈਗਾ, ਇਹੀ ਅਸੀਂ ਇਹਨਾਂ ਚੀਜ਼ਾਂ ਨੂੰ ਮੁੱਦੇ ਨਜ਼ਰ ਕਰਦੇ ਹੋਏ ਅਸੀਂ ਫੈਸਲੇ ਲਵਾਂਗੇ, ਤਾਂ ਕਿ ਇਹ ਲੋਕਾਂ ਨੂੰ ਇਸ ਵੇਲੇ ਇਤਨੀ ਤ੍ਰਾਸਦੀ ਆ, ਲੋਕਾਂ 'ਚ ਇਤਨੀ ਬੇਚੈਨੀ ਹੈ, ਇਤਨੀ ਪਰੇਸ਼ਾਨੀ ਹੈ, ਉਹਨਾਂ ਦੀ ਜਿਹੜੀ ਉਹਨਾਂ ਦਾ ਜਿਹੜਾ ਸੈਲਫ ਸਟੀਮ ਆ ਉਹ ਖਤਮ ਕਰ ਦਿੱਤੀ ਇਸ ਆਦਮੀ ਨੇ, ਲੋਕਾਂ ਨੂੰ ਮੰਗਤੇ ਬਣਾ ਦਿੱਤਾ, ਲਓ ਜੀ ਆਹ ਤੁਸੀਂ ਤੁਹਾਨੂੰ ਅਸੀਂ ਰਾਸ਼ਨ ਦੇ ਰਹੇ ਹਾਂ, ਰੋਟੀ ਦਾਲ ਆਟਾ ਦੇ ਰਹੇ ਹਾਂ, ਆਹ ਤੁਹਾਨੂੰ ਅਸੀਂ ਬਿਜਲੀ ਮੁਫਤ ਦੇ ਰਹੇ ਹਾਂ, ਉਹ ਰੁਜ਼ਗਾਰ ਤਾਂ ਦਿੱਤਾ ਹੀ ਨਹੀਂ ਕਿਸੇ ਨੂੰ, ਮੰਗਤੇ ਬਣਾ ਤੇ ਤੁਸੀਂ, ਆਹ ਤੁਹਾਨੂੰ ਸ਼ਗਨ ਦੇ ਰਹੇ ਹਾਂ, ਆਹ ਤੁਹਾਡੀ ਕੁੜੀ ਜੰਮਦੀ ਆ ਇੰਨੇ ਪੈਸੇ ਤੁਹਾਨੂੰ ਦੇ ਰਹੇ ਹਾਂ, ਇਹ ਕੀ ਤਰੀਕਾ, ਲੋਕਾਂ ਨੂੰ ਰੁਜ਼ਗਾਰ ਦਿਓ, ਰੁਜ਼ਗਾਰ ਕਰਨ ਉਹਨਾਂ 'ਚ, ਗੁਰੂ ਨੇ ਇਨਸਾਨ ਨੂੰ ਸਿੱਖਾਂ ਨੂੰ ਖਾਸ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ ਸੈਲਫ ਰਿਸਪੈਕਟ ਦਿੱਤੀ ਸੀ, ਡਿਗਨਿਟੀ ਦਿੱਤੀ ਸੀ, ਕਿਰਤ ਕਰਨ ਦੀ ਉਹਨੇ ਪ੍ਰਥਾ ਸ਼ੁਰੂ ਕੀਤੀ ਸੀ ਗੁਰੂ ਨੇ, ਇਸੇ ਕਰਕੇ ਤਾਂ ਸਿੱਖਾਂ 'ਚ ਮੰਗਤਾ ਹੀ ਨਹੀਂ ਸੀ, ਅੱਜ ਤਾਂ ਸਾਰਾ ਸਿੱਖ ਜਗਤ ਹੀ ਮੰਗਤਾ ਬਣਾਤਾ ਪ੍ਰਕਾਸ਼ ਸਿੰਘ ਬਾਦਲ ਨੇ। ਇਹ ਕੀ ਚੀਜ਼ ਹੈ, ਇਹ ਉਹਨਾਂ ਦੀ ਮਾਨਸਿਕਤਾ ਨੂੰ ਤੋੜਨ ਵਾਲੀ ਗੱਲ, ਉਹਨਾਂ ਦੇ ਵਿੱਚ ਹੀਣਤਾ ਪਾਉਣ ਵਾਲੀ ਗੱਲ ਆ, ਉਹਨਾਂ ਨੂੰ ਸਰਦਾਰਾਂ ਤੋਂ ਮੰਗਤੇ ਬਣਾਉਣ ਵਾਲੀ ਬਹੁਤ ਡੀਪ ਰੂਟਿਡ ਇਹ ਪੋਲਿਸੀ ਆ ਇਹ ਇਹਨਾਂ ਲੋਕਾਂ ਦੀ, ਤਾਂ ਕਿ ਉਹ ਪ੍ਰਕਾਸ਼ ਸਿੰਘ ਬਾਦਲ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਰਹਿਣ, ਹੋਰ ਲੋਕਾਂ ਦੇ ਸਰਦਾਰਾਂ ਦੇ ਰਾਜੇ ਮਹਾਰਾਜਿਆਂ ਦੇ ਅੱਗੇ ਹੱਥ, ਗੁਰੂ ਨੇ ਤਾਂ ਸਾਰੀ ਪ੍ਰਥਾ ਤੋੜੀ, ਗੁਰੂ ਨੇ ਕਿਹਾ ਸੀ ਆਹ ਲਓ ਜੀ ਤੁਹਾਨੂੰ ਰੁਜ਼ਗਾਰ ਕਰੋ, ਕਿਰਤ ਕਰੋ, ਕਿਰਤ ਕਰਕੇ ਵੰਡ ਛਕੋ, ਜੇ ਕਿਸੇ ਨੂੰ ਲੋੜ ਆ ਕਿਸੇ ਕੋਲ ਵਾਧੂ ਆ ਉਸ ਨੂੰ ਦੇਵੇ, ਦਸਵੰਧ ਦੇ, ਮਾਨਵਤਾ ਦੇ ਲਈ ਦਸਵੰਧ ਦੇਵੇ, ਨਾ ਕਿ ਕਿਸੇ ਸਵਾਰਥ ਲਈ। ਤੋ ਅੱਜ ਤਾਂ ਇੱਥੋਂ ਤੱਕ ਗੱਲ ਚਲੀ ਗਈ ਕਿ ਜੇ ਪ੍ਰਕਾਸ਼ ਸਿੰਘ ਬਾਦਲ ਦੀ ਵਾਈਫ ਦੀ ਡੈਥ ਵੀ ਹੁੰਦੀ ਆ, ਉਸ ਦੇ ਉੱਤੇ ਜਿਹੜਾ ਭੋਗ ਆ ਉਹਦਾ ਲੰਗਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ, ਕਿਸ ਕਿਸਮ ਦੀ ਇਹ ਇਹਨਾਂ ਦੀ ਮਾਨਸਿਕਤਾ, ਇੰਨਾ ਲਾਲਚ, ਇੰਨਾ ਮਤਲਬ ਸਾਰੀ ਚੀਜ਼ਾਂ ਨੂੰ ਹੜੱਪਣ ਦੀ ਮਤਲਬ ਹਵਸ ਲੱਗੀ ਹੋਈ ਹੈ ਇਹਨਾਂ ਲੋਕਾਂ ਦੇ ਵਿੱਚ। ਅਸੀਂ ਇਹਨਾਂ ਸਾਰੀਆਂ ਚੀਜ਼ਾਂ ਦੇ ਖਿਲਾਫ ਇੱਕ ਤਰ੍ਹਾਂ ਦੀ ਬਗਾਵਤ ਕਰਾਂਗੇ, ਕੋਈ ਵਾਇਲੈਂਸ ਨਹੀਂ ਕਰਨੀ,
ਟੋਟਲੀ ਪੀਸਫੁਲੀ ਨੋਨ ਵਾਇਲੈਂਟਲੀ ਅਸੀਂ ਆਵਾਜ਼ ਬੁਲੰਦ ਕਰਾਂਗੇ ਵੀ ਇਹ ਗਲਤ ਗੱਲਾਂ ਹੋਈਆਂ ਔਰ ਇਹ ਗੱਲਾਂ ਦੁਬਾਰਾ ਰਿਪੀਟ ਨਹੀਂ ਹੋਣੀਆਂ ਚਾਹੀਦੀਆਂ। ਲੋਕਾਂ ਨੂੰ ਬਣਦੇ ਰੁਜ਼ਗਾਰ ਮਿਲਣੇ ਚਾਹੀਦੇ ਆ, ਬਣਦੀ ਉਹਨਾਂ ਨੂੰ ਵਿੱਦਿਆ ਮਿਲਣੀ ਚਾਹੀਦੀ ਹੈ, ਪੰਜਾਬੀ ਦੇ ਉੱਤੇ ਉਹਨਾਂ ਨੂੰ ਮਾਣ ਹੋਣਾ ਚਾਹੀਦਾ। ਇਹ ਸਾਰੀਆਂ ਗੱਲਾਂ ਜਿਹੜੀਆਂ ਮਾਣ ਸਤਿਕਾਰ ਲੋਕਾਂ ਦਾ ਹੋਣਾ ਚਾਹੀਦਾ ਸਮਾਜ ਦੇ ਵਿੱਚ, ਔਰ ਉਹ ਆਪਣੀ ਕਿਰਤ ਕਰਕੇ ਦਸਾਂ ਨੋਹਾਂ ਦੀ ਕਮਾਈ ਕਰਕੇ ਜੋ ਮਰਜ਼ੀ ਖਾਣ, ਜੋ ਮਰਜ਼ੀ ਪੀਣ, ਜਿੱਥੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ, ਜਿਹੜੇ ਹਸਪਤਾਲਾਂ ਦੇ ਵਿੱਚ ਜੇ ਕੋਈ ਤਕਲੀਫ ਹੈ ਉੱਥੇ ਜਾਣਾ ਚਾਹੁੰਦੇ, ਉਹਨਾਂ ਨੂੰ ਜਾਇਆ ਜਾਵੇ, ਉਹਨਾਂ ਦਾ ਇਲਾਜ ਕੀਤਾ ਜਾਵੇ।